ਗੜਬੀ ਚ ਫਸਿਆ ਬਿੱਲੇ ਦਾ ਸਿਰ ਕੱਢਣ ਦੀ ਕਰਦੇ ਰਹੇ ਕੋਸ਼ਿਸ਼, ਪਰ ਬਿੱਲਾ ਨਹੀਂ ਆਇਆ ਹੱਥ। ਦੱਸ ਦਈਏ ਕਿ ਇੱਕ ਜੰਗਲੀ ਬਿੱਲੇ ਦਾ ਸਿਰ ਇੱਕ ਸਟੀਲ ਦੀ ਗੜਬੀ ਦੇ ਵਿੱਚ ਫਸ ਜਾਂਦਾ ਹੈ, ਜਿਸ ਤੋਂ ਬਾਅਦ ਬਿੱਲਾ ਇਸ ਗੜਬੀ ਦੇ ਨਾਲ ਇੱਧਰ ਉੱਧਰ ਘੁੰਮਦਾ ਰਹਿੰਦਾ ਹੈ ਤੇ ਫਿਰ ਇੱਕ ਨਾਲੇ ਦੇ ਵਿੱਚ ਜਾ ਵੜਦਾ ਹੈ, ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਜੀਵ ਸੁਰੱਖਿਆ ਵਿਭਾਗ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ਤੇ ਉਹਨਾਂ ਦੇ ਵੱਲੋਂ ਪਹੁੰਚ ਕੀਤੀ ਜਾਂਦੀ ਹੈ, ਪਰ ਇਹ ਬਿੱਲਾ ਉਹਨਾਂ ਦੇ ਹੱਥ ਨਹੀਂ ਆਉਂਦਾ। ਤਾਂ ਲਗਭਗ 8 ਘੰਟਿਆਂ ਦੀ ਕੜੀ ਮਸ਼ਕਤ ਤੋਂ ਬਾਅਦ ਪਹਿਲਾਂ ਤਾਂ ਇਸ ਨੂੰ ਫੜਿਆ ਜਾਂਦਾ ਹੈ ਤੇ ਫਿਰ ਇਸ ਦੀ ਗਰਦਨ ਦੇ ਵਿੱਚੋਂ ਇਸ ਸਟੀਲ ਦੀ ਗੜਬੀ ਨੂੰ ਬਾਹਰ ਕੱਢਿਆ ਜਾਂਦਾ ਹੈ। ਦੱਸ ਦਈਏ ਕਿ ਇਹ ਵੀਡੀਓ ਨੰਗਲ ਤੋਂ ਸਾਹਮਣੇ ਆਈ ਹੈ, ਜਿੱਥੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਕਰਮਚਾਰੀਆਂ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਇਸ ਜੰਗਲੀ ਬਿੱਲੇ ਨੂੰ ਲੱਭਣਾ ਸ਼ੁਰੂ ਕਰਤਾ। ਤਾਂ ਇਹ ਬਿੱਲਾ ਝਾੜੀਆਂ ਦੇ ਵਿੱਚ ਲੁਕਿਆ ਹੋਇਆ ਸੀ, ਤਾਂ ਜਿਉਂ ਹੀ ਕਰਮਚਾਰੀਆਂ ਦੇ ਵੱਲੋਂ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਬਿੱਲਾ ਉਹਨਾਂ ਦੇ ਹੱਥੋਂ ਛੁੱਟ ਕੇ ਫਿਰ ਝਾੜੀਆਂ ਦੇ ਵਿੱਚ ਵੜ ਜਾਂਦਾ ਹੈ। ਤਾਂ ਦੁਬਾਰਾ ਜਦ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਜੰਗਲੀ ਬਿੱਲਾ ਫਿਰ ਤੋਂ ਉਹਨਾਂ ਦੇ ਹੱਥੋਂ ਛੁੱਟਿਆ ਤੇ ਇੱਕ ਪੁਲੀ ਦੇ ਹੇਠਾਂ ਜਾ ਵੜਦਾ ਹੈ। ਤਾਂ ਜੰਗਲੀ ਬਿੱਲੇ ਨੂੰ ਬਾਹਰ ਕੱਢਣ ਦੇ ਲਈ ਕੋਸ਼ਿਸ਼ ਕੀਤੀ ਗਈ, ਪਰ ਇਹ ਜੰਗਲੀ ਬਿੱਲਾ ਕਦੇ ਇੱਕ ਕਿਨਾਰੇ ਤੇ ਫਿਰ ਦੂਸਰੇ ਕਿਨਾਰੇ ਤੇ ਆ ਜਾਂਦਾ ਹੈ, ਜਿਸ ਕਰਕੇ ਕਰਮਚਾਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ। ਤਾਂ ਸਵੇਰ ਤੋਂ ਹੀ ਇਸ ਜੰਗਲੀ ਬਿੱਲੇ ਨੇ ਕਰਮਚਾਰੀਆਂ ਦੇ ਨੱਕ ਦੇ ਵਿੱਚ ਦਮ ਕੀਤਾ ਹੋਇਆ ਸੀ। ਤਾਂ ਤਕਰੀਬਨ 8 ਤੋਂ 9 ਘੰਟਿਆਂ ਦੀ ਕੜੀ ਮਿਹਨਤ ਤੋਂ ਬਾਅਦ ਆਖਿਰਕਾਰ ਇਹ ਬਿੱਲਾ ਉਸ ਪੁਲੀ ਦੇ ਹੇਠੋਂ ਬਾਹਰ ਨਿਕਲਿਆ ਤੇ ਕਰਮਚਾਰੀਆਂ ਨੇ ਇਸ ਨੂੰ ਫੜ ਕੇ ਇਸ ਦੀ ਗਰਦਨ ਦੇ ਵਿੱਚੋਂ ਸਟੀਲ ਦੀ ਗੜਬੀ ਬਾਹਰ ਕੱਢੀ ਤੇ ਫਿਰ ਇਸ ਨੂੰ ਵਾਪਸ ਜੰਗਲ ਦੇ ਵਿੱਚ ਛੱਡ ਦਿੱਤਾ ਤੇ ਇਸ ਜੰਗਲੀ ਜੀਵ ਦੀ ਜਾਨ ਬਚਾਈ ਗਈ। ਦੱਸਿਓ ਜੀ ਸਰ, ਸਾਨੂੰ ਸਵੇਰੇ ਸਾਡੇ ਬਲਾਕ ਅਫਸਰ ਸੁਖਵੀਰ ਸਿੰਘ ਦਾ ਫੋਨ ਆਇਆ ਸੀ, ਉਹਨਾਂ ਨੂੰ ਸਾਡੇ ਇੱਥੋਂ ਨੰਗਲ ਗੋਬਿੰਦ ਮਾਰਗ ਤੋਂ ਨਾ ਤਿਲਕ ਰਾਜ ਜੀ ਨੇ ਫੋਨ ਕੀਤਾ ਹੋਣਾ ਜੀ, ਅਤੇ ਇੱਕ ਜੰਗਲੀ ਬਿੱਲਾ ਹੈ ਜਿਹਦੇ ਗਲ ਦੇ ਵਿੱਚ ਇੱਕ ਮਤਲਬ ਕੋਈ ਸਟੀਲ ਦਾ ਬਰਤਨ ਜਿਹੜਾ ਫਸਿਆ ਹੋਇਆ ਆ, ਅਤੇ ਸਾਡੀ ਟੀਮ ਫਿਰ ਮੌਕੇ 'ਤੇ ਪੁੱਜੀ ਹੈ ਜੀ, ਅਤੇ ਮੈਂ ਵੀ ਨਾਲ ਸੀਗਾ ਜੀ, ਅਤੇ ਅਸੀਂ ਜਾ ਕੇ ਕਾਫੀ ਮਤਲਬ ਜਦੋਂ ਜਾ ਕੇ ਸਾਡੇ ਨਾਲ ਦਮਕਲ ਵਿਭਾਗ ਦੇ BBMB ਦੇ ਵੀ ਕਰਮਚਾਰੀ ਮਨਦੀਪ ਜੀ ਅਤੇ ਇੱਕ ਹੋਰ ਸੀਗੇ ਜੀ, ਅਸੀਂ ਬਹੁਤ ਜਦੋਂ ਜਦ ਕੀਤੀ ਉਹ ਜਾ ਕੇ ਨਾ ਉਹ ਇੱਕ ਸਲੈਬਾਂ ਦੇ ਥੱਲੇ ਵੜ ਗਿਆ ਜੀ, ਅਤੇ ਅਸੀਂ ਸਵੇਰ ਦੇ ਲੱਗੇ ਸੀਗੇ, ਅਸੀਂ ਸਵੇਰ ਦੇ 6 ਵਜੇ ਤੋਂ ਲੈ ਕੇ 3:30 ਵਜੇ ਤੱਕ ਰੈਸਕਿਊ ਕਰਦੇ ਜੀ, ਅਤੇ ਹੁਣ ਸਾਨੂੰ ਸਫਲਤਾ ਮਿਲੀ ਹੈ ਜੀ, ਹੁਣ ਅਸੀਂ ਉਹਦਾ ਗੜਬਾ ਕੱਢ ਗਏ ਜੀ ਅਤੇ ਜੰਗਲ ਦੇ ਵਿੱਚ ਉਹਨੂੰ ਰਿਲੀਜ਼ ਕੀਤਾ ਜੀ। ਠੀਕ ਹੈ ਜੀ, ਅਤੇ ਤਿਲਕ ਰਾਜ ਜੀ ਦਾ ਵੀ ਸਾਨੂੰ ਬਹੁਤ ਸਹਿਯੋਗ ਰਿਹਾ ਜੀ, ਉਹ ਸਾਡੇ ਨਾਲੇ ਰਹੇ ਜੀ ਉੱਨੀ ਦੇਰ ਜੀ, ਅਤੇ ਹੋਰ ਵੀ ਇਹਨਾਂ ਦੇ ਗੁਆਂਢੀ ਸੀਗੇ ਜੀ ਨਾਲ, ਉਹ ਵੀ ਸਾਡਾ ਕਾਫੀ ਸਹਿਯੋਗ ਦਿੱਤਾ ਜੀ ਉਹਨਾਂ ਨੇ। ਹਾਂਜੀ ਠੀਕ, ਹਾਂਜੀ ਕਿਆ ਨਾਮ ਜੀ? ਮੈਂ ਤਿਲਕ ਰਾਜ ਜੀ। ਹਾਂਜੀ ਦੱਸਿਓ, ਜਿਹੜਾ ਤਲਵਾੜਾ ਤੋਂ ਗੱਡੀ ਲੈਣ ਦੇ ਨਾਲ ਸਾਡਾ ਮਕਾਨ ਹੈ ਜੀ, ਗੋਬਿੰਦ ਮਾਰਗ ਗੜੀ ਸਾਨੂੰ ਲੱਗਦੀ ਹੈ। ਇਸ ਵੇਲੇ 7:30 ਵਜੇ ਦੇਖੇ ਕਿ ਜੰਗਲੀ ਬਿੱਲਾ ਕਾਫੀ ਭਾਰਾ ਸੀ, ਉਹਦੇ ਨਾ ਗੜਬੀ ਸੀ ਫਸੀ ਵੀ ਸਿਰ 'ਚ, ਅਸੀਂ ਸੋਚਿਆ ਵੀ ਚਲੋ ਇਹ ਵਿਚਾਰਾ ਤੜਫ ਰਿਹਾ ਮਰ ਜਾਏਗਾ, ਅਸੀਂ ਵੀ ਵਣ ਵਿਭਾਗ ਦੇ ਹੈ ਅਧਿਕਾਰੀਆਂ ਨੂੰ, ਵਣ ਵਿਭਾਗ ਨੂੰ ਆਪਾਂ ਅੰਮ੍ਰਿਤ ਲਾਲ ਜੀ ਆ ਉਹਨਾਂ ਨੂੰ ਫਿਰ ਅਸੀਂ ਇਤਲਾਹ ਦਿੱਤੀ ਫੋਨ 'ਤੇ, ਫਿਰ ਆਪਣੀ ਟੀਮ ਦੇ ਨਾਲ ਲੈ ਕੇ ਪੁੱਜੇ, ਫਿਰ ਉਹਨਾਂ ਨੇ ਬਹੁਤ ਜਦੋਂ ਜਹਿਦ ਕੀਤੀ, ਬਹੁਤ ਜ਼ਿਆਦਾ ਟਾਈਮ ਲਾਇਆ ਉਹਨਾਂ ਨੇ। ਅੱਛਾ ਜੀ, ਫਿਰ ਉਸ ਤੋਂ ਬਾਅਦ ਉਹਨਾਂ ਨੇ ਰੈਸਕਿਊ ਕਰਕੇ ਅਤੇ ਉਸਦੀ ਜਿਹੜੀ ਗੜਬੀ ਸੀ ਗਲ 'ਚ ਫਸੀ ਉਹ ਕੱਢੀ ਹੈ ਅਤੇ ਉਹਦੀ ਵਿਚਾਰੀ ਦੀ ਜਾਨ ਬਚਾਈ ਹੈ, ਅਸੀਂ ਵਣ ਵਿਭਾਗ ਦੇ ਇਹਨਾਂ ਦੇ ਬਹੁਤ ਆਭਾਰੀ ਹਾਂ ਇਹਨਾਂ ਦੇ ਬਹੁਤ। ਤਕਰੀਬਨ ਕਿੰਨਾ ਕੁ ਟਾਈਮ ਲੱਗਿਆ ਜੀ? ਟਾਈਮ ਬਹੁਤ ਲੱਗਾ ਜੀ, ਸਵੇਰ ਦੇ ਲੱਗੇ ਸੀ ਇਹ, ਮੈਨੂੰ ਲੱਗਦਾ ਹੁਣ 3:30 ਵਜੇ, ਪਹਿਲਾਂ ਉਹ ਸਲੈਬਾਂ ਥੱਲੇ ਰਿਹਾ, ਉੱਥੇ ਵੀ ਕਾਫੀ ਨਾ ਜਲ ਜਾ ਕੇ ਨਹੀਂ ਨਿਕਲਿਆ, ਹੁਣ ਇਹਨਾਂ ਬੜੀ ਮੁਸ਼ਕਲ ਨਾਲ ਕੱਢ ਕੇ ਤਾਂ ਫਿਰ ਰੈਸਕਿਊ ਕਰਕੇ ਅਤੇ ਦੁਬਾਰਾ ਫਿਰ ਉਹਨੂੰ ਨਿਜਾਤ ਦਿਲਾਈ, ਉਹਦੀ ਗੜਬੀ ਬੜੀ ਕੱਢੀ ਬਾਹਰ। ਠੀਕ ਠੀਕ।